ਅੱਜ ਪਹੁੰਚਿਆ ਜੀ ਬਲਦਾਂ ਦੀ ਖੇਡ ਤੇ ਪਿੰਡ ਧਮੋਟ ਦਿਖਾਵਾਂਗੇ ਤੁਹਾਨੂੰ ਸਾਰਾ ਕਿਵੇਂ ਕੀ ਚੱਲਦਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਪਹਿਲੇ ਦਿਨ ਬਲੌਗ ਪਾਉਣ ਲੱਗਿਆ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਪੋਰਟ ਕਰੋ ਸਾਡੀ ਪੂਰੀ ਫੁੱਲ ਦੱਬ ਦਿਖਾਉਣੇ ਆਗੇ ਤੁਹਾਨੂੰ ਵੀ ਕਿਵੇਂ ਆ ਜੀ ਆਪਣੀ ਗੱਡੀ ਜਿਹਦੇ ਵਿੱਚ ਆਪਾਂ ਬਲਦ ਲੈ ਕੇ ਆਏ ਹਾਂ ਅਤੇ ਆਹ ਗੱਡੀ ਹੈ ਜਿਹੜੇ ਉਹਦੇ ਉੱਤੇ ਜੁੜ ਕੇ ਬਲਦ ਸਾਰੇ ਭੱਜਣਗੇ ਅਤੇ ਬਲਦ ਦਿਖਾਉਣੇ ਆ ਤੁਹਾਨੂੰ ਆਹ ਨੇ ਸਾਡੇ ਤਾਇਆ ਜੀ ਪਏ ਨੇ ਮੰਜਾ ਡਾਹੀ ਅਤੇ ਆਹ ਬਲਦ ਆਪਣੇ ਵੱਡੇ ਬਲਦਾਂ ਦੀ ਅੱਜ ਖੇਡ ਆ ਗਈ ਸਾਰਾ ਦਿਖਾਵਾਂਗੇ ਤੁਹਾਨੂੰ ਕਿਵੇਂ ਕੀ ਚੱਲਦਾ ਸਾਰਾ ਅਤੇ ਨਾਲ ਇੱਕ ਸਾਈਡ ਦਰਖਤ ਨੇ ਜਿਹੜੀ ਖੇਡ ਭੱਜਣੀ ਆ ਜਿਹੜੇ ਰਾਹ 'ਤੇ ਉਹ ਇੱਦੋਂ ਅੱਗੇ ਆ ਗਿਆ ਦੂਸਰੀ ਸਾਈਡ ਸਾਰੇ ਦਿਖਾਵਾਂਗੇ ਤੁਹਾਨੂੰ ਲੈ ਕੇ ਚੱਲਾਂਗੇ ਤਾਂ ਬਾਈ ਦੇਖੋ ਫੋਟੋਆਂ ਪਾਉਣ ਵਾਲੇ ਵੀਰਾਂ ਦੀਆਂ ਚਾਬਕਾਂ ਦੀਆਂ ਸਾਰੀ ਚੀਜ਼ ਬਹੁਤ ਖੇਡ ਸਾਂਭ ਕੇ ਰੱਖੀ ਹੋਈ ਇਹ ਇਹ ਵੀ ਬਾਈ ਕੁੱਲ ਖੇਡ ਤੇ ਮਿਲਦਾ ਆਹ ਦੇਖੋ ਜੀ ਪਾਣੀ ਦੀ ਸੇਵਾ ਨਿਭਾਉਂਦੇ ਹੋਏ ਬਾਈ ਧੰਨਵਾਦ ਇਹਨਾਂ ਦਾ ਆਹ ਬਾਬਾ ਜੀ ਸਾਡੇ ਇਹ ਬਾਈਆਂ ਦੀ ਵੀ ਬਹੁਤ ਵੱਡੀ ਸੇਵਾ ਗੀ ਪਾਣੀ ਪਿਆਉਣ ਦੀ ਗਰਮੀ ਬਹੁਤ ਆ ਅੱਜ ਦੇ ਟਾਈਮ 'ਚ ਕਈ ਵਾਰ ਦੂਰ ਨੇੜੇ ਜਾਣਾ ਹੋਵੇ ਬਾਈ ਤੁਰ ਕੇ ਪਾਣੀ ਪਿਆਉਂਦੇ ਨੇਗੇ ਲੀਹੇ ਦੇ ਨਾਲ ਨਾਲ ਲਵੇ ਬਾਈਆਂ ਨੇ ਜੂਸ ਦਾ ਲੰਗਰ ਲਾਇਆ ਹੋਇਆ ਬਾਈ ਖੇਡਣ ਵਾਸਤੇ ਬਲਬੀਰ ਭਾਈ ਨੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਧੰਨਵਾਦ ਗਰਮੀ ਬਹੁਤ ਆ ਲੰਗਰ ਦੀ ਸੇਵਾ ਵੀ ਨਿਭਾਈ ਜਾ ਰਹੀ ਆ ਬਾਈ ਆ ਰਹੀ ਆ ਜੂਸ ਬਹੁਤ ਵਧੀਆ ਕਮੇਟੀ ਦਾ ਪ੍ਰਬੰਧ ਆ ਪੇਠੇ ਦੀ ਸਬਜ਼ੀ ਬਹੁਤ ਸਵਾਦ ਆ ਦੇਖਦੇ ਹਾਂ ਖਾ ਕੇ ਬਾਈ ਨਾਲ ਰੀਅਲ ਜੂਸ ਪੂਰਾ ਵਧੀਆ ਪ੍ਰਬੰਧ ਹੈਗਾ ਪੀਰੀ ਲਿਆ ਇੱਕ ਰੋਟੀ ਹੋਰ ਆ ਮੈਂ ਇੱਕ ਖਾਊਂਗਾ ਆਹੋ ਧਰ ਦੇ ਬਾਕੀ ਚਲੋ ਬਾਈ ਖਾ ਕੇ ਫਿਰ ਦੁਬਾਰੇ ਸ਼ੁਰੂ ਕਰਦੇ ਹਾਂ ਤੁਹਾਨੂੰ ਦਿਖਾਉਣੇ ਹੁਣ ਇੱਕ ਫਨੀ ਚੀਜ਼ ਦੇਖੋ ਬਾਈ ਗਿਆਰਵੀਂ ਬਾਰਵੀਂ ਰੋਟੀ ਬੰਦੇ ਦੀ ਮਜ਼ਾਕ ਕਰਦੇ ਬਾਈ ਤੜਕੇ ਦਾ ਭੁੱਖਾ ਫਿਰਦਾ ਸੀਗਾ ਪ੍ਰਸ਼ਾਦਾ ਲਾਇਆ ਬਾਬਿਆਂ ਨੇ ਉਹ ਸਾਰਾ ਉੱਥੇ ਆਪਣਾ ਰਾਹ ਗਾ ਜਿੱਥੇ ਬਲਦ ਭੱਜਣਗੇ ਆਪਣੇ ਸਾਰਾ ਇੱਥੇ ਤੱਕ ਆ ਅਤੇ ਉਹ ਸਟੇਜ ਆ ਗਈ ਸਾਰੀ ਕਮੇਟੀ ਪ੍ਰਬੰਧ ਕਰ ਰਹੀ ਆ ਹਲੇ ਆ ਬਾਬਾ ਜੀ ਦੀ ਵੀ ਹਰੇਕ ਖੇਡ ਤੇ ਸੇਵਾ ਹੁੰਦੀ ਆ ਹਰੇਕ ਖੇਡ ਤੇ ਕਿੰਨੇ ਸਾਲ ਜੀ 15 ਸਾਲ ਆ 15 ਸਾਲ ਹੋ ਗਏ ਬਾਬੇ ਨੂੰ ਜਲਦੀ ਸੇਵਾ ਬਹੁਤ ਵੱਡੀ ਸੇਵਾ 14 ਪੂਰੇ ਹੋ ਗਏ ਪਹਿਲਾਂ ਸਾਰੇ ਹੁਣ ਤਾਂ ਕਈ ਹੋ ਗਏ ਪਹਿਲਾਂ ਮੈਂ ਹੀ ਇਕੱਲੇ ਹੁੰਦਾ ਜੀ ਹਾਂ ਬਹੁਤ ਵਧੀਆ ਸੇਵਾ ਜੀ ਇਹ ਸਾਰੇ ਸਾਡੇ ਖੇਡ ਵਾਲੇ ਵੀਰਾਂ ਵਾਸਤੇ ਉਧਰ ਜੂਸ ਤਿਆਰ ਹੋ ਰਿਹਾ ਇਧਰ ਬਾਬਾ ਜੀ ਦਾ ਵੀਰੇ ਕਿਹੜੇ ਪਿੰਡ ਵੱਲੋਂ ਲਾਇਆ ਗਿਆ ਇਹ ਬੜੂੰਦੀ ਪਿੰਡ ਵੱਲੋਂ ਬਾਈ ਆ ਜੂਸ ਦਾ ਲੰਗਰ ਸੇਵਾ ਟਰਸਟ ਯੂਕੇ ਜਿਹਦੇ ਵੱਲੋਂ ਲਗਾਇਆ ਗਿਆ ਗਾ ਆਜ਼ਾਦੀ ਕਾ ਅੰਮ੍ਰਿਤ ਚੱਲ ਚੱਲ
ਸਸਿਕਾਲ ਜੀ ਮਾਸਟਰ ਜੀ ਸਸਿਕਾਲ ਜੀ ਆਪਣਾ ਹੀ ਨਾਮ ਤੇ ਪਹਿਲਾਂ ਸਾਰਾ ਪਿੰਡ ਦੱਸੋ ਜੀ ਮੇਰਾ ਨਾਮ ਹੈ ਜੀ ਗੁਰਮੇਲ ਸਿੰਘ ਚੱਲੀਆਂ ਕਲਾਂ ਜਿਹੜਾ ਰੋਪੜ ਠੀਕ ਹੈ ਜੀ ਤੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਣੀ ਖੇਡ ਨਾਲ ਜੁੜੇ ਹੋਣ ਨੂੰ ਮੈਨੂੰ ਜੀ ਕੋਈ 43 ਸਾਲ ਦਾ ਸਮਾਂ ਹੋ ਗਿਆ 26/11/1978 ਨੂੰ ਸਭ ਤੋਂ ਪਹਿਲਾਂ ਮੈਂ ਖੇਡ ਭਜਾਈ ਤੀ ਸ਼ਹੀਦ ਭਗਤ ਸਿੰਘ ਯਾਦਗਾਰੀ ਖੇਡ ਮੇਲਾ ਚੱਲੀਆਂ ਕਲਾਂ ਠੀਕ ਹੈ ਜੀ 26/11/1978 ਨੂੰ ਹੁਣ ਦੇਖ ਲਓ ਵੀ ਕਿੰਨੇ ਕੁ ਸਾਲ ਹੋ ਜਾਂਦੇ ਆ ਠੀਕ ਹੈ ਜੀ ਤੇ ਇਹ ਨੇ ਆਪਣੇ ਜੀ ਇੱਕ ਸਾਫ਼ ਸੁਥਰੀ ਗੇਮ ਦੀ ਐਗਜ਼ਾਮਪਲ ਨੇ ਜੀ ਇਹ ਆਪਣੇ ਬੰਦੇ ਤੇ ਜਿਹੜੀ ਗੇਮ ਹੁੰਦੀ ਆ ਆਪਣੀ ਔਕਸ ਰੇਸ ਸਾਰੇ ਲੋਕ ਬਹੁਤ ਪਿਆਰ ਦਿੰਦੇ ਨੇਗੇ ਇਹ ਆਪਣਾ ਜਿਹੜਾ ਬਲਦਾਂ ਦਾ ਟਾਈਮ ਨੋਟ ਕਰਦੇ ਆ ਘੜੀ ਫੜਦੇ ਆ ਇਹ ਆਪਣੇ ਇਹ ਮਾਸਟਰ ਜੀ ਦੇ ਨਾਂ ਨਾਲ ਮਸ਼ਹੂਰ ਨੇਗੇ ਵਧੀਆ ਇਹਨਾਂ ਦੀ ਗੇਮ ਦੀ ਜਿਹੜੀ ਇੱਕ ਕਲਾ ਹੁੰਦੀ ਆ ਬੰਦੇ 'ਚ ਅਤੇ ਕਮੇਟੀ ਵੱਲੋਂ ਵੀ ਬਹੁਤ ਵਧੀਆ ਜੀ ਪ੍ਰਬੰਧ ਹੈਗਾ ਆਪਣਾ ਸਾਰਾ ਵਧੀਆ ਵਾਲੇ 2-3 ਵਜੇ ਜਿਹੜੀਆਂ ਗੱਡੀਆਂ ਲੇਟ ਆਉਂਦੀਆਂ ਨੇਗੀਆਂ ਉਹਨਾਂ ਲਈ ਥੋੜ੍ਹਾ ਜਿਹਾ ਗੇਮ ਲੇਟ ਸ਼ੁਰੂ ਹੁੰਦੀ ਆ ਇਹ ਦੂਜੀਆਂ ਗੇਮਾਂ ਨਾਲੋਂ ਉੱਥੇ ਆਪਣਾ ਜੂਸ ਦਾ ਲੰਗਰ ਚੱਲਦਾ ਜਿਹੜਾ ਕਿ ਯੂਕੇ ਕਮੇਟੀ ਵੱਲੋਂ ਲਗਾਇਆ ਗਿਆ ਗਾ ਪਿੰਡ ਬੜੂੰਦਾ ਬੜੂੰਦੀ ਪਿੰਡ ਆ ਬੜੂੰਦੀ ਸੋਰੀ ਬੜੂੰਦੀ ਪਿੰਡ ਵੱਲੋਂ ਲਗਾਇਆ ਗਿਆ ਲੰਗਰ ਅਤੇ ਬਹੁਤ ਵਧੀਆ ਖੇਡ ਅੱਜ ਦਿਖਾਵਾਂਗੇ ਤੁਹਾਨੂੰ ਜਦੋਂ ਲਾਈਵ ਚੱਲੂ ਇੱਕ ਖਾਲਸਾ ਟੀ ਵੀ ਲਾਈਵ ਦੇ ਉੱਤੇ ਜਿਹੜੀ ਗੇਮ ਇਹ ਲਾਈਵ ਚੱਲਦੀ ਹੈਗੀ ਮੋਸਟਲੀ ਆ ਬਾਈ ਖਾਲਸਾ ਟੀ ਵੀ ਦੇ ਲਾਈਵ ਦੇ ਵਿੱਚ ਚਲਾਉਂਦੇ ਆ ਗਏ ਖਾਲਸਾ ਟੀ ਵੀ 'ਤੇ ਸਾਰੀ ਲਾਈਵ ਚੱਲੂਗੀ ਗੇਮ ਤੁਸੀਂ ਦੇਖ ਸਕਦੇ ਹੋ ਧਮੂਟ ਦੀ ਖੇਡ ਅਤੇ ਬੱਸੇ ਦਾ ਅੱਜ ਤੁਹਾਨੂੰ ਦਿਖਾਉਣੇ ਆ ਲਾਈਵ ਸੌਦਾ ਆ ਪੀਰੀ ਕਹਿੰਦਾ ਇੱਕ ਬੱਸਾ ਮੈਂ ਲੈਣਾ ਗਾ ਉੱਥੇ ਜੋੜਨ ਨੂੰ ਉਹ 'ਚ ਬਲਦ ਰੇੜੇ ਰੂੜੇ 'ਤੇ ਜੋੜਨ ਨੂੰ ਹਰੇ ਚਾਰੇ ਨੂੰ ਆ ਪੀਰੀ ਮਾਰੇ ਮੂਰੇ ਨਾ ਫੜਾਈ ਤੋਰ ਦੇਖਦਾ ਬੱਸੇ ਦੀ ਭੀਰੀ ਕਹਿੰਦਾ ਮੈਂ ਸੌਦਾ ਲਾਉਣਾ ਬੱਸਾ ਲੈਣਾ ਇੱਕ ਇੱਕ ਪਹਿਲਾਂ ਬੱਸਾ ਲਿਆਂਦਾ ਸੀ ਕਾਣਾ ਦੇ ਗਿਆ ਸਾਲਾ ਡਿੱਗਿਆ ਕਰੇ ਜਾਂਦਾ ਜਾਂਦਾ ਉਹ ਵੇਚਿਆ ਫਿਰ ਹੁਣ ਹੋਰ ਲੈਣਾ ਦੇਖਦੇ ਆ ਜੀ ਦੇਖਦੇ ਵਾਲੇ ਤਾਂ ਚੈੱਕ ਕਰ ਰਹੇ ਹਾਂ ਗਰਦਨ ਕਹਿੰਦੇ ਇਹਦੀ ਵੀ ਪਿੰਗੀ ਆ ਰੇੜੇ ਚ ਜੋੜਨ ਨੂੰ ਲੈਣਾ ਬੱਸਾ ਦੱਸਿਓ ਭਾਈ ਇਹਦਾ ਲਾਉਣੇ ਆ ਸੌਦਾ ਦੇਖਦੇ ਆ ਇਹ ਨੀ ਖਿੱਚਦਾ ਬਾਬੇ ਰੇੜਾ ਤੇਰਾ ਇਹਦਾ ਤੇਰੇ ਤਾਏ ਨੂੰ ਵੀ ਹੌਲੀ ਆਇਆ ਕਰੂ ਦੇਖਦੇ ਹਾਂ ਹੋਰ ਦੇਖਦੇ ਹਾਂ ਬਾਈ ਬਹੁਤ ਬਲਦ ਨੇ ਰੇਟ ਕਰਦੇ ਹਾਂ ਬਾਈ ਬੱਸੇ ਦਾ ਦੇਖਦੇ ਹਾਂ ਦੱਸ ਬਾਈ ਕਿੰਨਾ ਮੰਗਦਾ ਬੱਸੇ ਦਾ ਇਹਦਾ ਕਿੰਨਾ ਮੰਗਦਾ ਇਹਦਾ 7,500 ਤਾਂ ਜ਼ਿਆਦਾ ਆ ਯਾਰ ਤੂੰ ਬੰਦੇ ਚੀਜ਼ ਦੇਖ ਕੇ ਲਾਵਾਂਗੇ ਪੈਸੇ ਬੱਬੂ ਦੱਸ ਵੇ ਇਹਦਾ ਮੁੱਲ ਦੱਸ ਇਹਨੂੰ ਬਾਈ ਨੂੰ ਇਹ 7,000 ਕਹਿ ਰਿਹਾ ਇਹ ਬਲਦ ਬਾਈ ਆ ਰਾਹ ਤੇ ਭੱਜਣਗੇ ਉਧਰ ਉਹ ਹੈਗਾ ਆਪਣਾ ਸਟੇਜ ਦਿਖਾਉਣੇ ਆ ਤੁਹਾਨੂੰ ਇਹ ਆ ਰਾਹ ਤੇ ਬੱਸੇ ਭੱਜਣਗੇ ਤੇ ਆਹ ਵਿੱਚ ਲਾਈਵ ਵਾਲਾ ਇੱਕ ਬਾਈ ਆ ਖੜਾ ਹੈਗਾ ਲਾਈਵ ਲਾਈਵ ਆਊਗਾ ਦੇਖੋ ਬਾਈ ਉੱਥੋਂ ਬੱਸੇ ਭੱਜ ਕੇ ਸਾਰੇ ਇਹ ਉੱਥੇ ਤੱਕ ਜਾ ਕੇ ਟਾਈਮ ਹੋਊਗਾ ਬੱਸੇ ਦਾ ਉੱਥੇ ਤੱਕ ਟਾਈਮ ਹੋਊਗਾ ਇੱਧਰ ਹੋ ਜਾ ਉਹ ਦਿਖਾਉਣੇ ਤੁਹਾਨੂੰ ਕੋਲੇ ਜਾ ਕੇ ਕੀ ਚੱਲਦਾ ਜੀ ਨਾ ਗੱਡੀਆਂ ਜੁੜਦੀਆਂ ਦਿਖਾਉਣੇ ਬਾਈ ਤੁਹਾਨੂੰ ਕਿਵੇਂ ਜੋੜਦੇ ਨੇ ਅਤੇ ਆਹ ਲਾਈਨ ਆ ਜੀ ਉਦੋਂ ਗੱਡੀ ਛੱਡੀ ਜਾਊਗੀ ਦੇਖੋ ਆ ਇੱਥੋਂ ਟਾਈਮ 'ਤੇ ਜਦੋਂ ਗੱਡੀ ਇੱਥੇ ਟਾਇਰ ਆਇਆ ਆਹ ਝੰਡੇ ਵਾਲਾ ਬਾਈ ਸਾਰਾ ਝੰਡਾ ਸੁੱਟ ਦੂ ਆਪਣਾ ਉਹਦੀ ਟਾਈਮ ਨੋਟ ਹੋਣ ਲੱਗ ਜੂ ਉੱਥੇ ਤੱਕ ਗੱਡੀ ਜਾਊਗੀ
ਬਾਬਾ ਜੀ ਟਾਈਮ ਕਿੰਨਾ ਸੁਣੀ ਆ ਗੱਡੀਆਂ ਖੜੀਆਂ ਨੇ ਲਾਈਨ ਚ ਬੱਸੇ ਸਾਰੇ ਹੁੰਦੇ ਦਿਖਾਉਣੇ ਆ ਤੁਹਾਨੂੰ ਇੱਥੋਂ ਲਾਈਨ ਵਾਈਜ਼ ਜਿਹਦੀ ਵੀ ਲਾਈਨ ਦੀ ਟਰਨ ਬਾਈ ਟਰਨ ਗੱਡੀ ਛੱਡੀ ਜਾਊਗੀ ਬੱਸੇ ਲਾ ਕੇ ਗੱਡੀਆਂ ਉਹ ਦੇਖੋ ਦੂਜੀ ਸਾਈਡ ਲਾਈਨ ਚ ਲਾਈਆਂ ਹੋਈਆਂ ਨੇ ਬੱਸੇ ਰੈਡੀ ਨੇ ਸਾਰਿਆਂ ਦੇ ਇਹ ਆ ਜੀ ਪਹਿਲੀ ਸ਼ਿਫਟ ਸ਼ਿਫਟ ਮੁਤਾਬਕ ਭੱਜਦੀ ਹੈ ਗੱਡੀ ਸ਼ਿਫਟ ਦੇ ਵਿੱਚ ਟਰਨ ਬਾਈ ਟਰਨ ਗੱਡੀ ਜਾਊਗੀ ਆ ਝੰਡਾ ਗਏ ਸਿੱਟਿਆ ਜਾਊਗਾ ਝੰਡਾ ਕੀ ਕਰ ਰਹੇ ਨੇ ਵੀ ਉੱਧਰ ਦੇਖਦਾ ਨੀ ਹੈਗਾ ਇੰਨੇ ਦੂਰੋਂ ਵਿਚਾਲੇ ਖੰਭੇ ਆ ਰਹੇ ਹੈਗੇ ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਆ ਪਹਿਲੀ ਸ਼ਿਫਟ ਦੀ ਪਹਿਲੀ ਗੱਡੀ ਜੋੜ ਰਹੇ ਆ ਬਾਈ ਦਿਖਾਉਣਾ ਤੁਹਾਨੂੰ ਜਦੋਂ ਗੱਡੀ ਲੈਣਾ ਉਹ ਕ੍ਰੋਸ ਕਰ ਗਈ ਚਿੱਟੀ ਤਾਂ ਆਹ ਝੰਡਾ ਸਿੱਟਿਆ ਜਾਊਗਾ ਨੀਚੇ ਦਿਖਾ ਰਹੇ ਹਾਂ ਤਿਆਰੀ ਆ ਵੀਰੇ ਛੱਡਣ ਦੀ ਝੰਡਾ ਸਿੱਟਿਆ ਗਿਆ ਉੱਥੇ ਜਾ ਕੇ ਟਾਈਮ ਨੋਟ ਕੀਤਾ ਜਾਊਗਾ ਇਹ ਬਾਈ ਸਾਰਾ ਸਿਸਟਮ ਆਪਣਾ ਫੋਨ 'ਤੇ ਚੱਲਦਾ ਪਰਚੀ ਫੜਾਤੀ ਉੱਧਰ ਨੋਟ ਕਰ ਲੈਣਾ ਨਵਦੀਪ ਬਣਭੌਰਾ ਜਿਹਦੀ ਅਗਲੀ ਗੱਡੀ ਭੱਜਣੀ ਆ ਇੱਕ ਬਲਦ ਬਾਈ ਆਪਣਾ ਹੁਣ ਹੋਰ ਭੱਜਣਾ ਗਾ ਪਹਿਲਾਂ ਵਾਲਾ ਸੀ ਜਿਹੜਾ ਉਹ ਪਹਿਲੇ ਦਿਨ ਹੀ ਛੱਡਿਆ ਸੀਗਾ ਅਤੇ ਆਹ ਬਲਦ ਆਪਣਾ ਟ੍ਰੇਨ ਦਾ ਕੋਈ ਚੱਕਰ ਨਹੀਂ ਅਤੇ ਹੁਣ ਛੱਡਣਾ ਇਹ ਅਤੇ ਲਾਸਟ ਸ਼ਿਫਟ ਹੈ ਜੀ ਲਾਸਟ ਸ਼ਿਫਟ ਦੀ ਦੇਖਦੇ ਹਾਂ ਕਿੰਨੀ ਗੱਡੀ ਹੈਗੀ ਕੀ
बाबे की कृपा नाल अपना बोलदा जो चौथा कर गया भाई 55 नाल टाइम लाया भाई 51 नाल टाइम लाया बल्द ने ते बधाइयां हो गईयां पूरियां राज बोगरा बब्बू बोगरा आ फेडरेशन है जी चौथा नाम है जी बब्बू बोगरा बोला मुखड़ौना बंत सिंह रुड़की गरेवाल रुड़की अजमेर सिंह रुड़की जसवीर सिंह रुड़की सूबेदार करके चौथा प्राइज बई चले होना गड्डी लाने बैक कृपा की बाबे ने अज बढ़िया सुन ली बड़े भाई का बसा सीगा बधाइया भाई बब्बू चले होना सी पिंड नूं